ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਦੋਸਤ ਇਕਮਦੀਪ ਸਿੰਘ ਨੰਬਰਦਾਰ ਫਾਰਮ ਪਿੰਡ ਵਨਵਾਲਾ ਜ਼ਿਲ੍ਹਾ ਸ੍ਰੀ ਮਕਸ਼ਰ ਸਾਹਿਬ ਤੋਂ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਆਪਾਂ ਸੁਪਰ ਸੀਡਰ ਦੇ ਨਾਲ ਸਾਰੀ ਪਰਾਲੀ ਨੂੰ ਵਿੱਚ ਵਾਉਂਦੇ ਹੋਏ ਕਣਕ ਦੀ ਬਜਾਈ ਕੀਤੀ ਜਿਸ ਦੇ ਵਿੱਚ ਆਪਾਂ 2967 ਦਾ 15 ਕਿਲੋ ਤੇ HD 3086 ਦਾ 40 ਕਿਲੋ ਵੀ ਜ਼ਮੀਨ ਦੇ ਵਿੱਚ ਪਾਇਆ ਸੀ ਦੋਸਤੋ ਉਹਦੇ ਨਾਲ ਹੀ ਆਪਾਂ 50 ਕਿਲੋ ਡੀਏਪੀ ਤੇ ਅੱਧਾ ਗੱਟਾ ਯੂਰੀਆ ਦਾ ਛੱਟਾ ਦਿੱਤਾ ਸੀਗਾ ਵਾਣ ਦੇ ਵਿੱਚ ਤਾਂ ਕਿ ਪਰਾਲੀ ਨੂੰ ਗਲਣ ਦੇ ਵਿੱਚ ਆਸਾਨੀ ਹੋ ਸਕੇ ਹੁਣ ਆਪਾਂ ਦੇਖਦੇ ਹਾਂ ਕਿ ਉਸ ਵਾਣ ਦੇ ਵਿੱਚ ਕਿਸ ਤਰ੍ਹਾਂ ਦੀ ਕਣਕ ਦੀ ਉਪਜ ਹੋਈ ਹੈ ਕਿਸ ਤਰ੍ਹਾਂ ਨਾਲ ਉੱਗੀ ਹੈ ਕਣਕ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਵੀ ਕਣਕ ਬਹੁਤ ਸੋਹਣੀ ਉੱਗੀ ਹੈ ਕਈ ਥਾਵਾਂ ਜਿੱਥੇ ਕਿ ਪਰਾਲੀ ਦਾ ਬਹੁਤ ਜ਼ਿਆਦਾ ਜਮਾਵ ਸੀ ਉਥੇ ਕਣਕ ਨੂੰ ਉਗਣ ਚ ਥੋੜੀ ਬਹੁਤ ਤਕਲੀਫ ਆਈ ਆ ਬਟ ਸਾਰੀ ਕਣਕੀ ਵਧੀਆ ਉੱਗੀ ਹੈ ਕੁਝ ਵੀਡੀਓ ਦੇ ਵਿੱਚ ਕੈਮਰੇ ਦੇ ਐਕਸਪੋਜ਼ਰ ਕਰਕੇ ਵੀ ਕਈ ਬੂਟਿਆਂ ਦਾ ਪਤਾ ਘੱਟ ਲੱਗ ਰਿਹਾ ਬਟ ਕਾਫੀ ਚੰਗਾ ਰਿਜ਼ਲਟ ਸੁਪਰ ਸੀਡਰ ਦਾ ਹੁਣ ਤੱਕ ਰਿਹਾ ਦੋਸਤੋ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਅਸੀਂ ਇਹਦੇ ਵਿੱਚ ਕਿਹੜੇ ਕਿਹੜਾ ਫਰਟੀਲਾਈਜ਼ਰ ਪਾ ਰਹੇ ਹਾਂ ਅੱਜ 5 ਦਸੰਬਰ ਹੈ ਤੇ ਕੱਲ 4 ਦਸੰਬਰ ਨੂੰ ਪਹਿਲਾਂ ਅਸੀਂ ਇਹਦੇ ਤੇ ਮੈਗਨੀਜ਼ 1 ਕਿਲੋ ਪ੍ਰਤੀ ਏਕੜ ਤੇ ਅ ਜਿਹਰੇਟਡ ਜ਼ਿੰਕ 12% ਜਿਹੜੀ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕੀਤੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਅੱਜ ਇੱਕ ਗੱਟਾ ਯੂਰੀਆ ਦਾ ਪਾ ਰਹੇ ਹਾਂ ਦੋਸਤੋ ਇੱਥੇ ਮੈਂ ਤੁਹਾਨੂੰ ਇੱਕ ਬੂਟਾ ਪੱਟ ਕੇ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਇਹਦਾ ਜੜਾਂ ਦਾ ਵਿਕਾਸ ਜਿਹੜਾ ਹੁਣ ਤੱਕ ਕਿਵੇਂ ਹੋਇਆ ਇਸ ਕਣਕ ਦੀ ਉਮਰ 27 ਦਿਨਾਂ ਦੀ ਹੈ ਤੇ ਇਸ ਪਲਾਂਟ ਦੇ ਵਿੱਚ ਆਪਾਂ ਸਾਫ਼ ਤੌਰ ਤੇ ਦੇਖ ਸਕਦੇ ਹਾਂ ਵੀ ਬੀਜ ਦੇ ਵਿੱਚੋਂ ਟੰਗੂਰ ਦੇ ਵਿੱਚੋਂ ਜੋ ਜੜ੍ਹਾਂ ਉਗੀਆਂ ਉਹ ਬਹੁਤ ਵਧੀਆ ਡਵੈਲਪ ਹੋਈਆਂ ਤੇ ਨਾਲ ਦੀ ਨਾਲ ਜਿਹੜਾ ਕਣਕ ਦਾ ਬੂਟਾ ਹੈ ਉਹਨੇ ਆਪਦੀ ਪ੍ਰਾਇਮਰੀ ਜੜ ਜਿਹੜੀ ਤੁਸੀਂ ਇੱਕ ਛੋਟੇ ਜਿਹੇ ਸੂਏ ਦੇ ਰੂਪ ਦੇ ਵਿੱਚ ਪੌਦੇ ਦੇ ਬਾਟਮ ਤੇ ਦੇਖ ਸਕਦੇ ਹੋ ਅਨੇ ਆਪਦੀਆਂ ਪ੍ਰਾਇਮਰੀ ਜੜ੍ਹਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੇ ਨਾਲ ਉਹ ਅੱਗੇ ਆਪਦੇ ਸਾਰੇ ਲਾਈਫ ਸਪੈਨ ਦੇ ਲਈ ਨਿਊਟ੍ਰੀਸ਼ਨ ਜ਼ਮੀਨ ਦੇ ਵਿੱਚੋਂ ਲੈਂਦਾ ਰਹੇਗਾ ਇਹ ਗ੍ਰੋਥ ਦੋਸਤੋ ਕਾਫੀ ਚੰਗੀ ਹੈ ਇਹਨੂੰ ਆਪਾਂ ਕਾਮਯਾਬ ਕਹਿ ਸਕਦੇ ਹੁਣ ਤੱਕ ਸੁਪਰਸੀਡਰ ਦੀ ਬਜਾਈ ਨੂੰ ਤੇ ਮੈਂ ਐਜ਼ ਅ ਕਿਸਾਨ ਤਾਂ ਬਹੁਤ ਖੁਸ਼ ਹਾਂ ਇਸ ਚੀਜ਼ ਦੇ ਵਿੱਚੋਂ ਕਿਉਂਕਿ ਸਭ ਤੋਂ ਵੱਡੀ ਜੋ ਗੱਲ ਹੈ ਕਿ ਵਾਣਡ ਦੇ ਵਿੱਚ ਅੱਗ ਨਹੀਂ ਲਾਉਣੀ ਪਈ ਕੋਈ ਨੁਕਸਾਨ ਤੱਤਾਂ ਦਾ ਜਾਂ ਮਿੱਤਰ ਕੀੜਿਆਂ ਦਾ ਇਸ ਵਾਣ ਦੇ ਵਿੱਚ ਨਹੀਂ ਹੋਇਆ ਇੱਥੇ ਇੱਕ ਗੱਲ ਜ਼ਿਕਰਯੋਗ ਹੈ ਕਿ ਆਪਣੇ ਆਂਡ ਗਵਾਂਡ ਜਾਂ ਨਾਲ ਦੇ ਪਿੰਡ ਜਿੰਨਾ ਵੀ ਲੋਕਾਂ ਨੇ ਸਾਰੀ ਪਰਾਲੀ ਨੂੰ ਵਿੱਚ ਵਾਕੇ ਸੁਪਰਸੀਡਰ ਨਾਲ ਕਣਕ ਬੀਜੀ ਸੀ ਉਹਨਾਂ ਦੇ ਖੇਤਾਂ ਦੇ ਵਿੱਚ ਕੀੜੇ ਦੀ ਸਮੱਸਿਆ ਆ ਰਹੀ ਹੈ ਜਾਂ ਕਈ ਥਾਵਾਂ ਤੇ ਸੁੰਡੀ ਦੀ ਵੀ ਸ਼ਿਕਾਇਤ ਸੁਣਨ ਨੂੰ ਮਿਲੀ ਹੈ ਕਿਉਂਕਿ ਸਾਡੇ ਸੇਮ ਵਾਲੇ ਵਾਹਣ ਤੇ ਇੱਥੇ ਝੋਨੇ ਦੇ ਵਿੱਚ ਵੀ ਕੀੜੇ ਦੀ ਸਮੱਸਿਆ ਆਉਂਦੀ ਆ ਤਾਂ ਇਸ ਕਣਕ ਨੂੰ ਅਸੀਂ ਚੰਗੀ ਤਰ੍ਹਾਂ ਇਨਸੈਕਟੀਸਾਈਡ ਤੇ ਫੰਗੀਸਾਈਡ ਨਾਲ ਟ੍ਰੀਟਮੈਂਟ ਕਰਕੇ ਬੀਜਿਆ ਸੀ ਤਾਂ ਹੋ ਸਕਦਾ ਉਸ ਵਜ੍ਹਾ ਕਰਕੇ ਇੱਥੇ ਸਾਨੂੰ ਉਹ ਸਮੱਸਿਆ ਨਹੀਂ ਚੱਲਣੀ ਪਈ ਇੱਕ ਹੋਰ ਗੱਲ ਦੋਸਤੋ ਜਿੱਥੇ ਖਾਲਾਂ ਦੇ ਨਾਲ ਮਿੱਟੀ ਢਲੀ ਸੀ بارش ਕਰਕੇ ਝੋਨੇ ਦੇ ਸੀਜ਼ਨ ਦੇ ਵਿੱਚ ਉੱਥੇ ਜਗਾ ਉੱਚੀ ਹੋ ਗਈ ਤੇ ਉੱਥੇ ਖੁਸ਼ਕੀ ਵਾਣ ਦੇ ਵਿੱਚ ਆ ਗਈ ਉੱਥੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਣਕ ਦੇ ਉੱਗਣ ਚ ਸਮੱਸਿਆ ਆਈ ਹੈ ਹੁਣ ਇਹ ਗੱਲ ਦੇਖਣ ਵਾਲੀ ਹੋਏਗੀ ਕਿ ਅੱਜ ਯੂਰੀਆ ਪਾਉਣ ਤੋਂ ਬਾਅਦ ਜਦੋਂ ਰਾਤ ਨੂੰ ਅਸੀਂ ਪਾਣੀ ਲਾਉਣਾ ਇਸ ਕਣਕ ਨੂੰ ਤੇ ਜਿਹੜਾ ਵੀ ਵਾਣ ਦੇ ਵਿੱਚ ਪਿਆ ਹੋਇਆ ਬਿਨਾ ਉੱਗਿਆ ਉਹ ਦੇਖਣਾ ਵਾਲੀ ਗੱਲ ਹੋਏਗੀ ਕਿ ਉਹ ਉੱਗੇਗਾ ਜਾਂ ਨਹੀਂ ਉਗਦਾ 27 ਦਿਨਾਂ ਦੇ ਇਸ ਵਕਫੇ ਦੇ ਵਿੱਚ ਤਿੰਨ ਤੋਂ ਲੈ ਕੇ ਪੰਜ ਪੱਤੇ ਇਸ ਕਣਕ ਨੇ ਕੱਢ ਲਏ ਹੋਏ ਨੇ ਅੱਗੇ ਜੋ ਵੀ ਅਪਡੇਟ ਹੋਣਗੇ ਉਹ ਕਿਸਾਨ ਦੋਸਤੋ ਤੁਹਾਨੂੰ ਵੀਡੀਓ ਦੇ ਰੂਪ ਦੇ ਵਿੱਚ ਮਿਲਦੇ ਰਹਿਣਗੇ ਸ਼ੁਕਰੀਆ ਮਿਹਰਬਾਨੀ